बेहद मंदभागी खबर गुरदासपुर तो सामने आई है, जिथे 21 साल नौजवान अपने जन्म दिन वाले दिन ही मौत का शिकार होना पाया। दसा जा रहा है कि नशे की ओवरडोज कारण नौजवान की मौत हुई है, जिस तो बाद उसके परिवारक मैंबर से दुखा का पहाड़ टूट गया। मृतक नौजवान की पहचान हर्ष पुत्र दविंदर कुमार के रूप में हुई है, जो कि मुहल्ला नगल कोटली का रहने वाला है। नौजवान अपने जन्मदिन मौके अपने दोस्तों के नाल घरों पैसे लैके पार्टी करन गया सी, जिथे उसकी नशे की ओवरडोज कारण मौत हो गई। मृतक के पिता ने उसके दोस्तों से कतल के दोष लगाते हुए इंसाफ की मांग की है। जे तुसीं फर्नीचर टाइल या फिर मार्बल खरीदने बारे सोच रहे हो तो हुण बाजार विच नहीं लगाउणे पैणगे चक्कर, समय दी होवेगी बचत। अमृतसर दा मशहूर फौजी मोदी खाना मार्बल एंड फर्नीचर हाउस थोड़े लिए लेके आया सुनहरी मौका। हुण इको छत हेठ मिलेगा बाजार नालों सस्ता ते वधिया समान, जिवें बैड, सोफा, अलमारी, टाइलां, हर किस्म दा मार्बल। नेड़े गुरुद्वारा छेरटा साहिब अमृतसर। वधेरे जानकारी लैण दे लई इक वार संपर्क जरूर करो 79-860-18-452-88-881-44-836। ਦਵਿੰਦਰ ਕੁਮਾਰ ਹਾਂਜੀ ਕੀ ਗੱਲ ਹੋਈ? ਗੱਲ ਕੋਈ ਨਹੀਂ, ਕੱਲ੍ਹ ਸਿਰਾ ਜਨਮਦਿਨ ਸੀ ਅਤੇ ਉਹਨਾਂ ਨਾਲ ਗਿਆ ਸੀ ਬਸ ਮੁੰਡਿਆਂ ਨਾਲ, ਅਤੇ ਸ਼ਾਮੀ ਕਹਿੰਦੇ ਆ 5 ਵਜੇ ਕੀਤਾ ਫੋਨ ਕਿ ਮੈਂ ਘਰ ਆਉਣ ਲੱਗਾ ਅਤੇ ਘਰ ਨਹੀਂ ਆਇਆ, ਅਤੇ 5:15 ਇਹਦਾ ਕਹਿੰਦੇ ਆ ਫੋਨ ਹੋ ਗਿਆ ਬੰਦ, ਇਕੱਲਾ ਇਕੱਲਾ ਮੁੰਡਾ ਮੇਰੇ ਇੱਕ ਹੋਇਆ ਸੀ ਹਰਸ਼। ਭਾਈ ਜਮਦਿਨ 'ਚ ਕਿੰਨੇ ਕਿਸੇ ਕਿਸੇ ਬੰਦੇ ਨਾਲ ਉਹਦੇ ਕੋਈ ਖੁੰਦਕੂ ਨਹੀਂ, ਕੋਈ ਉਹਨੇ ਆਪਣੇ ਖੁੰਦੇ ਕੱਢ ਲਈ ਮਾਰਤਾ ਮੈਂ। ਹਾਂਜੀ ਭਾਈ ਹਾਂ ਭਾਈ ਕੀ ਕੀਤਾ ਕੀ ਨਹੀਂ ਕੀਤਾ, ਮੇਰੇ ਮੁੰਡੇ ਦੀ ਸ਼ਕਲ ਤੱਕ ਨਹੀਂ ਵੇਖੀ, ਕਦੀ ਫੋਟੋ ਵੇਖੀ ਭਾਈ ਮੈਂ, ਕਦੇ ਰਾਤੀ 11:15 ਮੈਂ ਪਰਚਾ ਦਰਜ ਕਰਾਇਆ ਥਾਣੇ, ਮੈਂ ਤਾਂ ਮੇਰੀ ਘਰ ਦੀ ਮਿਸੀ ਨੇ ਘਰ ਗਿਆ ਸੀ ਅਤੇ 2:15 ਮੈਨੂੰ ਫੋਨ ਆ ਗਿਆ ਥਾਣੇ ਕਿ ਉੱਥੇ ਸਿਵਲ ਹਸਪਤਾਲ ਪਹੁੰਚੋ, ਇੱਥੇ ਪਹੁੰਚੇ ਤਾਂ ਕਹਿੰਦੇ ਤੁਹਾਡਾ ਬੇਟਾ ਡੈਡ ਹੋ ਗਿਆ। ਬਿਲਕੁਲ ਇਹ ਸ਼ਕਲ ਹੈ ਮੁੰਡਾ ਜੀ, ਇਹ ਚੀਜ਼ ਸੀ ਬਿਲਕੁਲ, ਪਿੱਛੇ ਫੋਟੋ 'ਚ ਬਣ ਗਈ ਜੀ, ਇਹ ਚੀਜ਼ ਸੀ ਮੈਂ ਫੋਟੋ ਮੈਂ ਕੋਈ ਦੂਜਾ ਮੰਗਵਾ ਲਿਆ। ਹਾਂਜੀ 21 ਸਾਲ 22 ਸਾਲ ਲੱਗਣਾ ਸੀ ਹੁਣ ਕੱਲ੍ਹ, ਅਤੇ ਕੱਲ੍ਹ ਹੀ ਚਲਾ ਇੱਦਾਂ ਹੋ ਗਿਆ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ। ਸਕਾਈ ਨਿਊਜ਼ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਜਸਵਿੰਦਰ ਰਿਪੇਟ। ਸਕਾਈ ਨਿਊਜ਼ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਬੇਦੀ ਦੀ ਰਿਪੋਰਟ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।